ਸਾਡੇ ਸਾਰਿਆਂ ਦਾ ਬਹੁਤ ਜੈ ਵੀਰੇ ਬੜਿਆ ਫੋਕਸ ਕਰਿਓ ਜਿਹੜੇ ਵੀ ਲੋਕ ਆਏ ਨੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਸਾਰੇ ਸਪਾਂਸਰਾਂ ਦਾ ਸਾਰੇ ਵੀਰਾਂ ਦਾ ਬਹੁਤ ਵਧੀਆ ਖਾਸ ਕਰਕੇ ਬਰਕਤ ਮੈਗਜ਼ੀਨ ਦਾ ਜੀ ਉਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਬੜੀ ਐਡਵਰਟਾਈਜ਼ਮੈਂਟ ਕੀਤਾ ਜੀ ਥੈਂਕ ਯੂ ਜੀ ਟਾਈਮ ਬਾਅਦ ਕਰੋਨਾ ਤੋਂ ਬਾਅਦ ਇਹ ਮੇਲਾ ਲੱਗਾ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਔਰਗਨਾਈਜ਼ ਕਰਕੇ ਤੇ ਕਿੱਦਾਂ ਦਾ ਰਿਸਪੌਂਸ ਆਇਆ ਬਹੁਤ ਵਧੀਆ ਲੱਗ ਰਿਹਾ ਜੀ ਮਾਲਕ ਦਾ ਬਹੁਤ ਸ਼ੁਕਰ ਹੈ ਵੀਰਾਂ ਭਰਾਵਾਂ ਸੱਜਣਾ ਦਾ ਸਾਰੇ ਇੱਥੇ ਆਏ ਆਪਣੇ ਪਰਿਵਾਰਾਂ ਦੇ ਨਾਲ ਤੁਸੀਂ ਵੇਖ ਸਕਦੇ ਹੋ ਕਿੱਡਾ ਸੋਹਣਾ ਮਾਹੌਲ ਆ ਹਰ ਕੋਈ ਇੰਜੋਏ ਕਰ ਰਿਹਾ ਕੋਈ ਬਿਨਾਂ ਕਿਸੇ ਰੌਲੇ ਰੱਪੇ ਤੇ ਬਿਲਕੁਲ ਹੀ ਨੌਨ ਅਲਕੋਹਲਿਕ ਆ ਹਰ ਇੱਕ ਬੰਦੇ ਨੇ ਇਸ ਚੀਜ਼ ਨੂੰ ਪੂਰੀ ਸਪੋਰਟ ਕੀਤੀ ਹੈ ਕਿ ਭਾਈ ਨਹੀਂ ਅੱਜ ਅਸੀਂ ਡਿੱਗੀਆਂ ਨਹੀਂ ਖੋਲਣੀਆਂ ਤੁਸੀਂ ਵੇਖ ਸਕਦੇ ਹੋ ਕਿ ਸਾਡੀਆਂ ਗੱਡੀਆਂ ਦੀਆਂ ਡਿੱਗੀਆਂ ਬੰਦ ਆ ਬਹੁਤ ਵਧੀਆ ਬਹੁਤ ਹੀ ਸੋਹਣਾ ਇਕੱਠ ਹੋਇਆ ਬੜੇ ਅਮਨ ਅਮਾਨ ਨਾਲ ਚੱਲ ਰਿਹਾ ਸਾਰਾ ਕੁਝ ਇਹ 'ਚ ਭਾਅ ਜੀ ਚਾਰ ਟੀਮਾਂ ਆ ਇੰਡੀਆ ਆਸਟ੍ਰੇਲੀਆ ਕੈਨੇਡਾ ਤੇ ਅਮਰੀਕਾ ਕਦੋਂ ਤੱਕ ਚੱਲਣਾ ਅੱਜ ਦਾ ਮੇਲਾ ਜਿਹੜਾ ਹੈ ਕਿੰਨੇ ਵਜੇ ਤੱਕ ਚੱਲਣਾ ਇਹ ਭਾਅ ਜੀ ਬਹੁਤਾ ਟਾਈਮ ਨਹੀਂ ਰਹਿ ਗਿਆ ਜੀ ਹੁਣ ਇਹ 5:30 ਜਾਂ 6 ਵਜੇ ਤੱਕ ਮੈਕਸ ਜਿਹੜਾ ਹੈ ਕਿ ਇਹਦੀ ਸਮਾਪਤੀ ਲੋਕ ਨਾਚ ਬਹੁਤ ਬਹੁਤ ਧੰਨਵਾਦ ਜੀ ਹੋਇਆ ਕਿਉਂ ਵਾਂਗੇਰਾ ਮੱਚੀਏ ਮੈਦਾਨ ਅਮਰਿਓ ਤੇ 2,50,000 ਨਾ ਇੱਕ ਇੱਕ ਲੜੇ ਹੋਏ ਅਸੀਂ ਉਹਨਾਂ ਸਕੂਲਾਂ ਦੇ ਪੜੇ ਹੋਏ ਅਸੀਂ ਉਹਨਾਂ ਸਕੂਲਾਂ ਦੇ ਪੜੇ ਹੋਏ ਹਾਂਜੀ ਇਹ ਬੜਾ ਵਧੀਆ ਇਕੱਠ ਹੋਇਆ ਹੈ ਤੀਜਾ ਕਬੱਡੀ ਕੱਪ ਜਗਦੀਪ ਭਾਅ ਜੀ ਹੋਣਾ ਨੇ ਇਹਨਾਂ ਨੇ ਟੀਮ ਵੱਲੋਂ ਕਾਫੀ ਵੱਡਾ ਬਹੁਤ ਵਧੀਆ ਉਪਰਾਲਾ ਅਤੇ ਇੰਨੇ ਸਾਰੇ ਆਪਣੇ ਸਪੈਸ਼ਲੀ ਆਫਟਰ ਕੋਵਿਡ ਯੂਨੋ ਇੱਦਾਂ ਦੀ ਚੀਜ਼ਾਂ ਯੂਨੋ ਹੁਣ ਕਾਫੀ ਚੀਜ਼ਾਂ ਉੱਭਰ ਕੇ ਆ ਰਹੀਆਂ ਅਤੇ ਪਲੱਸ ਇੰਨਾ ਇਕੱਠ ਹੋ ਕੇ ਇਸ ਬੜਾ ਵਧੀਆ ਲੱਗ ਰਿਹਾ ਸਾਰਾ ਇੱਕੋ ਥਾਂ 'ਤੇ ਪਲੱਸ ਕਬੱਡੀ ਜਿਹੜੀ ਗੇਮ ਹੈ ਔਰ ਇਹਨਾਂ ਵੈਸੇ ਹੀ ਸਾਰਿਆਂ ਨੂੰ ਬਹੁਤ ਪਿਆਰ ਹੈ ਅਤੇ ਬੜਾ ਜੀ ਪੂਰਾ ਮੇਲਾ ਲੱਗਾ ਇਹ ਨਜ਼ਾਰੇ ਆ ਰਹੇ ਪੂਰੇ ਮੌਸਮ ਵੀ ਉੱਤੋਂ ਵਧੀਆ ਅਤੇ ਵੈਰੀ ਨਾਈਸ ਸਾਰੇ ਛੋਟੇ ਭਰਾ ਆ ਜਿਹਨੇ ਮੇਲਾ ਕਰਾਇਆ ਆ ਅਤੇ ਬਹੁਤ ਪਿਆਰ ਕਰਨਾ ਸਾਰਿਆਂ ਨੂੰ ਸੱਦਿਆ ਬਹੁਤ ਦੇਖੋ ਤੁਸੀਂ ਹੁਣ ਲੋਕ ਕਿੱਦਾਂ ਆਪਣੇ ਆਏ ਆ ਕਿੰਨੀ ਰੌਣਕ ਆ ਆਪਣੇ 2 ਸਾਲਾਂ ਤੋਂ ਬਾਅਦ ਮੇਰਾ ਖਿਆਲ ਹੈ ਕਿ ਬਿਲਕੁਲ ਕੇ ਹੋਇਆ ਸੀ ਜਿਹੜਾ ਆਪਣਾ ਸਿੱਖ ਗੇਮ ਆ ਉਹਦੇ 'ਚ ਉਹ ਤੋਂ ਬਾਅਦ ਆ ਮੈਲਬੋਰਨ 'ਚ ਤਾਂ ਪਹਿਲਾਂ ਹੀ ਮੇਲਾ ਆ 2 ਸਾਲਾਂ ਦੇ 2.5 ਸਾਲ ਬਾਅਦ ਅਤੇ ਬਹੁਤ ਰਿਸਪੌਂਸ ਵਧੀਆ ਸਾਨੂੰ ਮਿਲਿਆ ਆ ਬਹੁਤ ਵਧੀਆ ਇਸੇ ਤਰ੍ਹਾਂ ਅਸੀਂ ਲੋਕਾਂ ਤੋਂ ਆਸ ਕਰਦੇ ਹਾਂ ਕਿ ਗਾਹਾਂ ਵੀ ਜਿੰਨੇ ਵੀ ਹੋਣਗੇ ਇੱਦਾਂ ਦੇ ਕੱਪ ਉਹਨਾਂ ਦੇ ਵਿੱਚ ਵਧੀਆ ਰਿਸਪੌਂਸ ਦੇਣਗੇ ਲੋਕ ਅਤੇ ਇਹਦੇ ਨਾਲ ਕਮਿਊਨਿਟੀ ਜੁੜਦੀ ਆ ਕਮਿਊਨਿਟੀ ਇੱਕ ਦੂਜੇ ਦੇ ਨਾਲ ਮਿਲਦੀ ਆ ਅਤੇ ਬਹੁਤ ਵਧੀਆ ਜਗਦੀਪ ਭਾਈ ਨੇ ਬਹੁਤ ਸੋਹਣਾ ਮੇਲਾ ਕਰਾਇਆ ਸਾਰੇ ਭਰਾ ਇਕੱਠੇ ਹੋਏ ਨੇ ਪਹਿਲੀ ਗੱਲ ਹੈ ਕਿ ਆਪਣੇ ਸਾਰੇ ਭਰਾਵਾਂ ਨਾਲ ਸਾਥ ਮਿਲੇ ਆ ਵੀ ਆਰ ਬੈਕ ਟੂਗੈਦਰ ਸਾਰੇ ਇਕੱਠੇ ਹੋਏ ਆ ਵਧੀਆ ਰੇਡ ਪੈ ਰਹੀ ਹੈ ਆਲ ਓਵਰ ਵਰਲਡ ਸਾਰੇ ਕਬੱਡੀ ਵਾਲੇ ਪਲੇਅਰਸ ਆਏ ਨੇ ਸਾਰਾ ਮਾਹੌਲ ਫੈਮਿਲੀ ਵਾਲਾ ਇਵੈਂਟ ਬਣਿਆ ਹੋਇਆ ਰੱਬ ਕਰਦੇ ਆ ਹੋਰ ਭਾਈ ਮੇਲੇ ਇੱਧਰ ਕਰਾਉਂਦੇ ਰਹੇ ਆਪਾਂ ਮਤਲਬ ਰੱਬ ਨੇ ਚਾਹਿਆ ਤਾਂ ਆਪਾਂ ਸਪੋਂਸਰ ਵੀ ਕਰਦੇ